ਵਾਹਿਗੁਰੂ ਜੀਓ ਜੀ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਇੱਕ ਕੜੀ ਨਾ ਮਿਲਦੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲੀਏ ਕਦ ਮਿਲੀਏ ਹੁਣ ਕਦ ਮਿਲੀਏ ਹੁਣ ਕਦ ਮਿਲੀਏ ਹੁਣ ਕਦ ਮਿਲੀਏ ਕਦ ਮਿਲੀਏ ਪ੍ਰਿਆ ਤੁਦ ਭਗਵੰਤ ਮਿਲ ਮੇਰੇ ਪ੍ਰੀਤ ਜੀਓ ਤੁਧ ਬਿਨ ਖਰੀ ਨਿਮਾਣੀ
چلن نشانہ سامنے ہوئے سنن والے دے بھی کرن والے دے بھی
اج نشانا تسی سارے نے سامنے رکھنا ہے گرو گوبند سنگھ مہاراج دے چرن رکھنے تواڈے کیرتن دا رس چار گنا ودھ جائے گا یہ نشانا سامنے رکھو گے کنوں کہہ رہے ہیں پنچھی دی اڑاری ہے برج دے اوپر پنچھی نے جانا ہوئے ایک منٹ چ پہنچ جانا ہے کیڑی نے جانا ہوئے کئی ہفتے لگ جائے جو کیرتن کرنا سامنے نشانہ رکھنا یہ پنچھی دی اڑاری ہے وہ ستارہ بچنا جو ایک بچن اگے رکھ کے جدو پریتما لفظ بولیے تے سانو تانو ساریاں نو گرو گوبند سنگھ جی دے اس ویلے چرنا دے سرتی چ درشن ہو اس طرح کیرتن سنیو تے کریو پتا جی ملنے دتی مِتر پیارے نو
کوئی سات بجے اٹھتا ہے تو پھر وہ جب کوئی حال مریداں دا کہنا تو پھر مگر پاونا ہوئے بابا جی چھے بجے کنو اٹھتا چھے اٹھتا ہے تو بابا جی پانچ دا امرت ویلا روز کنو بنے گا پانچ اٹھتا ہے تو چار دی کرپا کنو ہوئے چار اٹھتا ہے تو تین بجے دی کرپا کنو ہوئے گی تین اٹھتا ہے تو دو دی کرپا کدو ہوئے گی دو اٹھتا ہے تو سواز سواز دی کرپا کدو ہوئے گی کیوں تسی جان دے یا گروہ صاحب جان دے کس گل کر کے رکاوٹ ہے وہ اگے رکھ لو تو منگیے مطر پیارے نو مطر پیارے نو حال مریداں دا کہنا گرو گوبند سنگھ جی حال مریداں دا کہنا تپ تپ لوئے لوئے گھات مروڑ باول کوئی سو سو لوڑ تیسوں من میں کیا روس مجھے اب گن شہن آئی دوس کالی کوئل اپنے پریتم کے ہوں پھر ہے جلنی حال پوری دادا کہنا حال پوری دادا کہنا ودن کوئی مند اکیلی نہ کو ساتھی نہ کو بیلی کی منگنا ہے کر کرپا پرب سات سنگ میلی
कर कृपा प्रभु साध संग मिली मिली कर कृपा प्रभु साध संग मिली मिली हर कीर्तन का आहरो हर कीर्तन का आहरो हर देहो नानक के लिए रोटी का टाइम हो गया जी रोटी पकाओ रात की रोटी का टाइम हो गया जी ओ कपड़े धोन का टाइम हो गया जी ओ ਸਫਾਈਆਂ ਦਾ ਸਮਾਂ ਹੋ ਗਿਆ ਜੀ ਉਹ ਇਸੇ ਤਰ੍ਹਾਂ ਕਹਿੰਦੇ ਇੰਨਾ ਪਿਆਰ ਹੋ ਜੇ ਗੁਰੂ ਘਰ ਨਾਲ ਇੰਨਾ ਪਿਆਰ ਹੋ ਜੇ ਕਿ ਹੁਣ ਮੇਰੇ ਕੀਰਤਨ ਸੁਣਨ ਦਾ ਸਮਾਂ ਹੋ ਗਿਆ ਹਰ ਕੀਰਤਨ ਕਾ ਆਹਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰ ਜਿਵੇਂ ਦੂਜੇ ਕੰਮ ਕੱਪੜੇ ਧੋਣੇ ਸਫਾਈਆਂ ਕਰਨੀਆਂ ਰੋਟੀ ਪਕਾਉਣੀ ਜ਼ਰੂਰੀ ਹੈ ਕੀਰਤਨ ਦੇ ਸਮੇਂ ਕੀਰਤਨ 'ਚ ਜੁੜ ਜਾਣਾ ਵੀ ਜ਼ਰੂਰੀ ਬਣ ਜਾਵੇ ਬੜੀ ਵੱਡੀ ਅਵਸਥਾ ਹੈ ਕੀ ਦੱਸਾਂ ਮੈਂ ਇਸ ਵਾਰ ਕੀ ਦੱਸਾਂ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਮੇਰੀ ਵੀ ਅਰਦਾਸ ਕਰੋ ਆਪਣੀ ਵੀ ਬਾਬਾ ਜੀ ਕੀਰਤਨ ਸੁਣਨ ਦੀ ਸਾਨੂੰ ਭੁੱਖ ਲੱਗੇ ਪੰਕਤੀ ਅੱਗੇ ਆ ਗਈ ਮੈਂ ਤਾਂ ਬੋਲ ਰਿਹਾ ਵਿਦਣ ਕੋਈ ਮੁੰਦ ਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਸਾਦ ਸੰਗਤ ਦੇ ਦੇ ਕੀਰਤਨ ਦੇ ਦੇ ਕੀਰਤਨ ਤੇ ਬੈਠਕ ਦੇ ਦੇ ਕੀਰਤਨ ਦਾ ਸਹਾਰਾ ਦੇ ਦੇ ਹੇ ਗੁਰੂ ਗੋਬਿੰਦ ਸਿੰਘ ਜੀ ਅਜੇ ਤੱਕ ਤੇ ਮੈਂ ਇੱਥੇ ਵਿਚਰ ਰਹੀ ਹਾਂ ਇੱਥੇ ਵਿਚਰ ਰਹੀ ਹਾਂ ਕਿ ਕੀਰਤਨ ਸੁਣਨਾ ਜਿਵੇਂ ਇੱਕ ਫਾਲਤੂ ਕੰਮ ਹੈ ਜਿੱਥੇ ਤੇਰੀ ਨਜ਼ਰ ਗਈ ਹੈ ਜੈ ਕੀਰਤਨ ਤੇਰਾ ਸਾਧੂ ਗਾਵੇ ਤੈ ਮੇਰਾ ਮਨ ਲੱਗੇ ਬਾਬਾ ਨਾਨਕ ਕੀਰਤਨ ਨਾਲ ਤੇਰਾ ਕਿੰਨਾ ਪਿਆਰ ਤੇ ਕਿੰਨੀ ਆਸ਼ਕੀ ਸੀ ਜੇ ਰਾਕਸ਼ਾਂ ਕੋਲ ਗਿਆ ਕੀਰਤਨ ਤਾਂ ਵੀ ਨਾਲ ਰੱਖਿਆ ਜੇ ਪਾਪੀਆਂ ਨੂੰ ਤਾਰਨ ਗਿਆ ਬਾਬਾ ਨਾਨਕ ਕੀਰਤਨ ਤਾਂ ਵੀ ਨਾਲ ਜੇ ਕਿਸੇ ਲਾਲੋ ਵਰਗੇ ਪਿਆਰ ਵਾਲੇ ਕੋਲ ਗਿਆ ਤੇ ਕੀਰਤਨ ਤਾਂ ਵੀ ਨਾਲ ਆ ਮੈਨੂੰ ਇੱਕ ਬੜੀ ਠੰਡ ਪਈ ਤੁਹਾਡੇ ਬੱਚੇ ਅਮਰੀਕਾ ਹੋ ਕੇ ਆਏ ਦੇ 26 ਕੁ ਦਿਨ ਤੇ ਬੜੀ ਠੰਡ ਪਈ ਵੀ ਜਿਹਦੇ ਘਰ ਵੈਸੇ ਵੀ ਜਾਂਦੇ ਸੀ ਕੀਰਤਨ ਨਹੀਂ ਹੈਗਾ ਵੈਸੇ ਕਿਸੇ ਨੇ ਆਪਣੇ ਕਰ ਸਕਦੇ ਲਿਆ ਵੀ ਜਲ ਪਾਣੀ ਛੱਕ ਜੋ ਕੀਰਤਨੀ ਹੋ ਤੁਸੀਂ ਤੇ ਮਨ ਨੂੰ ਠੰਡ ਪਈ ਕਹਿੰਦੇ ਜਿਹੜਾ ਚਾਹ ਪਾਣੀ ਪ੍ਰਸ਼ਾਦਾ ਛਕਾਉਣ ਵੀ ਅਮਰੀਕਾ ਲੈ ਜਾਂਦਾ ਸੀ ਤੇ ਵਾਜਾ ਤਬਲਾ ਖੋਲ ਕੇ ਇੱਕ ਪਾੜ ਚ ਪਈ ਸਾਹਿਬ ਵਾਜੇ ਤਬਲੇ ਤੇ ਗਾ ਕੇ ਹਾਜ਼ਰੀ ਲਾਈ ਸੀ ਉਸ ਤੋਂ ਬਾਅਦ ਇੱਕ ਸ਼ਬਦ ਪੜ੍ਹਨਾ ਇਹ ਮੈਨੂੰ ਵੱਡਾ ਗਿਣਦੇ ਆ ਪਰ ਕਈ ਵਾਰੀ ਛੋਟਿਆਂ ਕੋਲੋਂ ਵੀ ਗੁਣ ਮਿਲ ਜਾਂਦੇ ਸਿੱਖੀ ਹੈ ਹੀ ਹੈ ਗੁਣ ਛੋਟੇ ਤੋਂ ਮਿਲਦਾ ਉੱਥੋਂ ਲੈ ਲੈ ਵੱਡੇ ਤੋਂ ਮਿਲਦਾ ਉੱਥੋਂ ਲੈ ਲੈ ਬਰਬਰ ਤੋਂ ਮਿਲਦਾ ਉੱਥੋਂ ਲੈ ਲੈ ਬਨਸਪਤੀ ਤੋਂ ਮਿਲਦਾ ਉੱਥੋਂ ਲੈ ਲੈ ਕਿਸੇ ਪੰਛੀ ਤੋਂ ਮਿਲਦਾ ਉੱਥੋਂ ਲੈ ਲੈ ਗੁਣ
ਅਸੀਂ ਮਨੁੱਖ ਹੋ ਗਏ ਪ੍ਰੇਮ ਨੂੰ ਨਾ ਸਮਝ ਸਕੇ ਸਾਡੇ ਨਾਲੋਂ ਚਕੋਰ ਚੰਗੀ ਹੈ। ਮੈਂ ਪੜ੍ਹਿਆ ਭਾਈ ਪਿੰਦਰਪਾਲ ਸਿੰਘ ਨੂੰ ਚਕੋਰ ਬਾਰੇ ਲਿਖਿਆ ਉਹਨਾਂ ਚੰਦ ਚਕੋਰ ਪ੍ਰੀਤ ਹੈ ਲੈ ਤਾਰ ਨਿਹਾਲ ਕਹਿੰਦੇ ਜਿਹੜੇ ਪੈਰ ਹੈ ਨਾ ਚਕੋਰ ਦੇ ਉੱਥੇ ਡਿੱਗੇ ਜੰਮੇ ਪਏ ਜਿਵੇਂ ਤੇ ਜਿਹੜੀ ਧੌਣ ਹੈ ਉਹ ਇਸ ਤਰ੍ਹਾਂ ਚੰਦਰਮਾ ਵੱਲ ਟਿਕਟਕੀ ਲੱਗੀ ਹੋਈ ਹੈ ਉਹ ਚੰਦਰਮਾ ਘੁੰਮੀ ਜਾ ਰਿਹਾ ਘੁੰਮੀ ਜਾ ਰਿਹਾ ਕਹਿੰਦੇ ਪੈਰ ਉੱਥੇ ਜੰਮੇ ਨੇ ਧੌਣ ਚਕੋਰ ਦੀ ਘੁੰਮੀ ਜਾ ਰਹੀ ਹੈ। ਕਿੰਨੇ ਪਾਇਆ ਪ੍ਰੇਮ ਇਹ ਪ੍ਰੇਮ ਰਸ ਇੱਕ ਪੰਛੀ ਚ ਕਿੰਨੇ ਪਾਇਆ ਇਹ ਪਿਆਰ ਦਾ ਰਸ ਇੱਕ ਉਹਦੇ ਵਿੱਚ ਚਕੋਰ ਚ ਕਿੰਨੇ ਪਾਇਆ ਇਹ ਪੰਛੀ ਪ੍ਰੇਮ ਨੂੰ ਵੇਖੋ ਆ ਕਿਤੇ ਸਾਡੀ ਬਿਰਤੀ ਬਣ ਜੇ। ਅੰਮ੍ਰਿਤਸਰ ਤੋਂ ਲੁਧਿਆਣੇ ਜਾ ਰਹੇ ਹਾਂ ਸਾਰਾ ਸਫ਼ਰ ਸਾਡੇ ਨੇਤਰਾਂ ਚ ਵੀ ਚਕੌਰ ਦੇ ਚੰਦਰਮਾ ਹੈ ਟਿਕਟਕੀ ਧੌਣ ਘੁੰਮੀ ਜਾ ਰਹੀ ਪੈਰ ਉੱਥੇ ਜੰਮੇ ਅਸੀਂ ਲੁਧਿਆਣੇ ਜਾ ਰਹੇ ਕਿਸੇ ਸਫ਼ਰ ਦੇ ਜਾ ਰਹੇ ਸਾਡੇ ਵੀ ਨੇਤਰਾਂ ਵਿੱਚ ਸਾਰੇ ਸਫ਼ਰ ਵਿੱਚ ਭਾਵੇਂ ਗੱਡੀ ਜਿੱਧਰ ਮਰਜ਼ੀ ਘੁੰਮੀ ਜਾਵੇ ਕਲਗੀ ਧਰ ਨੇਤਰਾਂ ਚ ਵਸ ਗਿਆ ਗੁਣ ਕਹਿੰਦੇ ਪੰਛੀ ਕੋ ਮਿਲਦਾ ਉੱਥੋਂ ਲੈ ਲੈ ਫੁੱਲ ਤੋਂ ਮਿਲਦਾ ਉੱਥੋਂ ਲੈ ਲੈ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਕਮਲੇ ਕਿੰਨੀ ਪ੍ਰੀਤ ਕਮਲ ਕਹਿੰਦੇ ਪਾਣੀ ਜਦੋਂ ਹਿੱਲਦਾ ਤੇ ਕਮਲ ਨੂੰ ਆਖਿਆ ਬਾਈ ਤੈਨੂੰ ਕਿੰਨਾ ਤੰਗ ਕਰਦਾ ਪਾਣੀ ਆਖੋ ਸਤਨਾ ਕਦੀ ਇੱਧਰ ਧੱਕਾ ਮਾਰਦਾ ਕਦੀ ਇੱਧਰ ਧੱਕਾ ਮਾਰਦਾ ਉਹ ਕਮਲ ਪਾਣੀ ਤੈਨੂੰ ਕਿੰਨਾ ਦੁਖੀ ਕਰਦਾ ਜੇ ਤਾਂ ਹੋ ਜਾਂਦਾ ਤੇ ਤੈਨੂੰ ਤਾਂ ਕਰ ਦਿੰਦਾ ਥਾਂ ਹੁੰਦਾ ਤੈਨੂੰ ਥਾਂ ਕਰ ਦਿੰਦਾ ਕਦੀ ਇੱਧਰੋਂ ਧੱਕਾ ਪੈਂਦਾ ਪਾਣੀ ਦਾ ਕਦੀ ਇੱਧਰੋਂ ਕਮਲ ਕਹਿੰਦਾ ਭਾਵੇਂ ਪਾਣੀ ਮੈਨੂੰ ਜਿੰਨੇ ਧੱਕੇ ਮਾਰਦਾ ਪਰ ਜੇ ਪਾਣੀ ਨਾ ਹੋਵੇ ਤੇ ਮੇਰੇ ਤੇ ਭੋਰੇ ਵੀ ਨਾ ਆਣ ਪਾਣੀ ਨਾ ਹੋਵੇ ਤੇ ਮੇਰੇ ਤੇ ਖੇੜਾ ਵੀ ਨਾ ਆਵੇ ਜੇ ਪਾਣੀ ਨਾ ਹੋਵੇ ਤੇ ਮੇਰਾ ਜੀਵਨ ਹੀ ਨਾ ਹੋਵੇ ਕਿੰਨੇ ਭਰੀ ਭਰੀ ਦੇ ਵਿੱਚ ਕਹਿੰਦੇ ਗੁਣ ਜਿੱਥੋਂ ਲੈਣੇ ਲੈ ਲੈ ਕਿਤੋਂ ਵੀ ਮਿਲ ਗਿਆ ਦਾਸ ਲੁਧਿਆਣੇ ਜਾਵੇ ਜਲੰਧਰ ਜਾਵੇ ਜਾਂ ਬਾਹਰ ਜਿੱਥੇ ਵੀ ਕੋਈ ਮਲੇਸ਼ੀਆ ਅਸੀਂ ਕਿਸੇ ਘਰ ਜਾਂਦੇ ਸਾਂ ਤੇ ਦੋ ਤਿੰਨ ਮਿੰਟ ਵਾਹਿਗੁਰੂ ਜਾਪ ਕਰਾਈਦਾ ਸੀ ਸਾਜਾਂ ਤੋਂ ਬਿਨਾਂ ਜਾਪ ਕਰਾ ਕੇ ਮੂਲ ਮੰਤਰ ਪੜ੍ਹ ਕੇ ਫਿਰ ਜੋ ਛਕਣਾ ਛੱਕ ਕੇ ਅਰਦਾਸ ਕਰ ਜਦੋਂ ਇਹਨਾਂ ਦੀਆਂ ਮੈਂ ਵੀਡੀਓ ਦੇਖੀਆਂ ਜਦੋਂ ਮੈਂ ਇਹ ਪਿਆਰ ਭਰੀ ਵੇਖਿਆ ਵੀ ਹਰ ਕਦੇ ਘਰ ਚੋਂ ਪਈ ਸਾਹਿਬ ਇੱਕ ਸ਼ਬਦ ਭਾਵੇਂ ਕਿਸੇ ਨੇ ਚਾਹ ਲਈ ਸੱਦਿਆ ਹੈ ਮੈਂ ਕਿਹਾ ਅੱਜ ਇਹਨਾਂ ਦੇ ਅੰਦਰ ਉਹ ਗੁਰੂ ਨਾਨਕ ਦੀ ਗੁਣ ਕਿਰਪਾ ਵਸ ਗਈ ਹੈ ਕਿ ਗੁਰੂ ਨਾਨਕ ਨੇ ਵੀ ਕੀਰਤਨ ਨਾਲ ਰੱਖਿਆ ਇਹਨਾਂ ਨੂੰ ਵੀ ਉਹ ਗੁਣ ਮਿਲ ਗਿਆ ਵੀ ਜਿੱਥੇ ਜਾਈਏ ਕੀਰਤਨ ਨਾਲ ਹੀ ਰੱਖੀਏ ਸਾਡੀ ਖੁਰਾਕ ਬਣ ਜਾਏ ਹੁਣ ਸਵੇਰੇ ਛੋਟੀ ਸ਼ੀਦਾ ਅੰਮ੍ਰਿਤ ਵੇਲਾ ਹੁੰਦਾ ਦੋ ਦਿਨ ਦੁੱਧ ਤੇ ਵੀਰ ਤੇ ਕਈ ਆਉਂਦੇ ਸੀ ਪਹਿਲੇ ਹੁਣ ਨਹੀਂ ਜੇ ਨਹੀਂ ਆ ਰਹੇ ਕਿਤੇ ਹੋਰ ਕੀਰਤਨ ਦੀ ਖੁਰਾਕ ਲੈ ਰਹੇ ਤੇ ਮੁਬਾਰਕ ਏ ਪਰ ਜੇ ਕਿਤੇ ਬਿਸਤਰੇ ਨੇ ਨਹੀਂ ਆਣ ਦਿੱਤਾ ਤੇ ਅੱਜ ਤਰਲਾ ਪਾਓ ਬਾਬਾ ਜੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਰੀ ਮੇਰੀ ਭੁੱਖ ਕਿੱਥੇ ਗਈ ਕੀਰਤਨ ਸਾਡਾ ਆਖਰ ਬਣ ਜੇ ਇੱਕ ਜ਼ਰੂਰੀ ਕੰਮ ਬਣ ਜੇ ਜਿਵੇਂ ਹੁਣੇ